ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਮੌਸਮ ਖਰਾਬ ਬਹੁਤ ਹੀ ਜ਼ਿਆਦਾ ਖਰਾਬ ਹੈ 13 ਬੰਦਿਆਂ ਦੀ ਹੁਣ ਤੱਕ ਮੌਤ ਚੁੱਕੀ ਹੈ ਇਸ ਮੌਸਮ ਦੇ ਨਾਲ ਬਹੁਤ ਸਾਰੀਆਂ ਨਹਿਰਾਂ ਨੇ ਜੋ ਕਿ ਓਵਰਫਲੋ ਹੋ ਚੁੱਕੀਆਂ ਨੇ ਜ਼ਿਆਦਾਤਰ ਇਮੀਲੀਆ ਰੋਮਾਨੀਆ ਦੇ ਵਿੱਚ ਇਸੀ ਗੱਲ ਕਰਦੇ ਹਾਂ ਮੋਂਤੋਨੇ ਸਾਵੀਓ ਵਿਵਾਨੋ ਤੁਹਾਨੂੰ ਸਕਰੀਨ ਤੇ ਸ਼ਾਇਦ ਸ਼ੋ ਵੀ ਹੁੰਦੀਆਂ ਹੋਣਗੀਆਂ ਜਿਹੜੀਆਂ ਨੇ ਤਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਇਮਿਲਿਆ ਰូមਾਨੀਆ ਦੇ ਵਿੱਚ ਹੀ ਕਿਉਂ ਅਸਲ ਦੇ ਵਿੱਚ ਪ੍ਰੋਬਲਮ ਆ ਦੇਖੋ ਟੋਟਲ 35 ਪਿੰਡ ਨੇ ਜਿਨ੍ਹਾਂ ਦੇ ਵਿੱਚ ਦਿਨ ਮੰਗਲਵਾਰ ਤੋਂ ਲੈ ਕੇ ਅੱਜ ਤੱਕ ਲਾਸਟਲੇ 2-3 ਦਿਨਾਂ ਤੋਂ ਮੀਂਹ ਨੇ ਬੁਰਾ ਹਾਲ ਕੀਤਾ ਹੈ 2-3 ਮਈ ਤੋਂ ਬਾਅਦ ਹੀ ਜਿਹੜਾ ਆ ਮੀਂਹ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ ਫਾਇਨਸਾ ਦੇ ਵਿੱਚ ਵੀ ਪਹਿਲਾਂ ਔਰ ਫਲੋ ਹੋਇਆ ਸੀਗਾ ਤੇ ਫੋਟੋਆਂ ਜੋ ਤੁਸੀਂ ਸਕਰੀਨ ਦੇ ਵਿੱਚ ਸ਼ਾਇਦ ਦੇਖ ਰਹੇ ਹੋ ਤੇ ਇਹਦੇ ਵਿੱਚ ਸਾਰੀਆਂ ਜਿਹੜੀਆਂ ਇਟਲੀਆ ਰੋਮਾਨੀਆ ਦੇ ਵਿੱਚ ਉਸ ਨਾਲ ਕਨੈਕਟ ਹੋ ਰਹੀਆਂ ਨਹਿਰਾਂ ਨੇ ਉਹਨਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ ਜੀ ਇਟਲੀ ਦੇ ਵਿੱਚ ਮੌਸਮ ਖਰਾਬ ਹੋਣ ਦੇ ਕਾਰਨ ਕੱਲ 19 ਤਰੀਕ ਨੂੰ ਕੋਲ ਬੰਦ ਰਹਿਣਗੇ ਕਾਰਨ ਇਹ ਹੈ ਜੀ ਕਾਰਨ ਇਹ ਹੈ ਕਿ ਇਟਲੀ ਦੇ ਵਿੱਚ ਹੁਣ ਇਸ ਟਾਈਮ ਵੀ ਸਿਚੁਏਸ਼ਨ ਅੰਡਰ ਕੰਟਰੋਲ ਨਹੀਂ ਹੈਗੀ ਇਹ ਜਿਹੜੇ ਸਕੂਲ ਬੰਦ ਹੋਣੇ ਆ ਜੀ ਈਮੋਲਾ ਈਮੋਲਾ ਦੇ ਵਿੱਚ ਹੋਣੇ ਆ ਰੋਵੈਨਾ ਦੇ ਵਿੱਚ ਹੋਣੇ ਆ ਤੇ ਜਿੰਨੇ ਵੀ ਸਕੂਲ ਨੇ ਸਾਰੇ ਦੇ ਸਾਰੇ ਬੰਦ ਹੋਣੇ ਛੋਟੇ ਤੋਂ ਲੈ ਕੇ ਵੱਡੇ ਤੱਕ ਵੀ ਦੇ ਰੋ ਸਾਰੇ ਬੰਦ ਨੇ ਹੁਣ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਹਿੰਦੇ ਚੈਰਵੀਆ ਹੋ ਗਿਆ ਚਿਦੇਨਾ ਹੋ ਗਿਆ ਫਾਇਨਸਾ ਹੋ ਗਿਆ ਨਾ ਦੇ ਵਿੱਚ ਬਹੁਤ ਹੀ ਜ਼ਿਆਦਾ ਖਤਰਨਾਕ ਹੋਈ ਖਤਨਾਗ ਇਸ ਕਰਕੇ ਕਿਉਂਕਿ ਤੁਸੀਂ ਟਿਕਟੌਕ ਚਲਾਉਂਦੇ ਹੋ ਫੇਸਬੁੱਕ ਚਲਾਉਂਦੇ ਹੋ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਕਿਸ ਹਿਸਾਬ ਦੇ ਨਾਲ ਮੀ ਨੇ ਕੰਮ ਖਰਾਬ ਕੀਤਾ ਹੋਇਆ ਉਧਰ ਹੀ 19 ਤਰੀਕ ਨੂੰ ਫਲਾਈਟਾਂ ਵਾਲ ਦੀ ਫਲਾਈਟਾਂ ਜਿਹੜੀਆਂ ਜਹਾਜ਼ ਸਟ੍ਰਾਈਕ ਆ ਜਿਸ ਦੇ ਕਾਰਨ ਕੀ ਹੋਇਆ ਜੀ ਅੱਜ 250 ਗੁਣਾ ਜਿਹੜੇ ਰੇਟ ਵਧ ਗਏ ਮਿਲਾਨ ਮਿਲਾਨੋ ਵਾਰੀ ਬਰਿੰਦੇਜ਼ੀ ਪਿਸਕਾਰਾ ਨੂੰ ਜਾਣ ਵਾਲੀਆਂ ਜਿਹੜੀਆਂ ਫਲਾਈਟਾਂ ਸਨ ਉਹਨਾਂ ਦੇ ਰੇਟ ਪਹਿਲਾਂ ਨਾਲੋਂ 250 ਗੁਣਾ ਵਧ ਗਏ ਕਿਉਂਕਿ ਜ਼ਿਆਦਾਤਰ ਜਿਹੜੀਆਂ ਮਿਲਾਨ ਤੋਂ ਚੈਂਟਰੋ ਸੁਧ ਚੈਂਟਰੋ ਨੂੰ ਜਾਂ ਫਿਰ ਸੁਧ ਇਤਲੀ ਜਾਂ ਜਿਹੜਾ ਸਾਊਥ ਇਤਲੀ ਵੱਲ ਜਾ ਰਹੇ ਸਨ ਪਿਸਕਾਰਾ ਹੋ ਗਿਆ ਬਾਰੀ ਹੋ ਗਿਆ ਬਰਿੰਦੇਜ਼ੀ ਹੋ ਗਿਆ ਇਹਨਾਂ ਦੇ ਵੱਲ ਜ਼ਿਆਦਾ ਪ੍ਰੋਬਲਮ ਸੀ ਜਿਸ ਦੇ ਨਾਲ ਕੀ ਹੋਇਆ ਜੀ ਇਹਨਾਂ ਨੇ ਰੇਟ ਚੱਕ ਦਿੱਤੇ ਜਿਹੜੀ ਫਲਾਈਟ 76 ਐਰੋ ਦੀ ਮਿਲ ਰਹੀ ਸੀ ਉਹੀ ਫਲਾਈਟ 263 ਐਰ ਦੀ ਕਰ ਦਿੱਤੀ ਜੀ ਉਸ ਤੋਂ ਬਾਅਦ ਅਗਲਾ ਅਪਡੇਟ ਪਲੈਰਮੋ ਤੋਂ ਆ ਰਿਹਾ ਜੀ ਪਲੈਰਮੋ ਦੇ ਵਿੱਚ ਇੱਕ 11 ਸਾਲ ਦੇ ਮੁੰਡੇ ਨੇ 14 ਸਾਲ ਦੇ ਮੁੰਡੇ ਦੇ ਸਾਤੀ ਦੇ ਵਿੱਚ ਛੁਰਾ ਮਾਰਿਆ ਇਸ ਟਾਈਮ ਗੱਲਬਾਤ ਸ਼ਾਇਦ ਇਹ ਪਹਿਲੀ ਜੋ ਗੱਲ ਇਹ ਕੀਤੀ ਜਾ ਰਹੀ ਹੈ ਕਿ ਸ਼ਾਇਦ 14 ਸਾਲ ਦਾ ਮੁੰਡਾ ਉਸ ਨੂੰ ਤੰਗ ਕਰ ਰਿਹਾ ਹੋਵੇ ਜਿਸ ਤੋਂ ਬਚਣ ਦੇ ਲਈ ਜਾਂ ਫਿਰ ਇਸ ਤਰ੍ਹਾਂ ਕਰਕੇ ਉਹਨ ਉਸ ਦੇ ਛੁਰਾ ਮਾਰਿਆ ਚਾਕੂ ਮਾਰਿਆ ਕਰਦਮਾਰੀ ਜੋ ਵੀ ਹੈ ਤੇ ਫੇਫੜੇ ਦੇ ਵਿੱਚ ਆਰਪਾਰ ਹੋ ਗਿਆ ਤੇ ਇਸ ਟਾਈਮ ਮੁੰਡੇ ਨੂੰ ਬਚਾ ਲਿਆ ਗਿਆ 11 ਸਾਲ ਦਾ ਮੁੰਡਾ ਫੜ ਲਿਆ ਸਾਰੀ ਇਨਕੁਆਰੀ ਚੱਲੂਗੀ ਦੇਖਾਂਗੇ ਕੀ ਹੁੰਦਾ ਉਸ ਤੋਂ ਬਾਅਦ ਜੇਕਰ ਤੁਹਾਡੀ ਈਜ਼ੇ 15000 ਰੋ ਤੋਂ ਘਟ ਹੈ ਤੇ ਘਰ ਦੇ ਵਿੱਚ ਕੋਈ ਵੀ ਫੈਮਿਲੀ ਮੈਂਬਰ ਤੁਹਾਡਾ ਫੈਮਿਲੀ ਮੈਂਬਰ ਨੂੰ ਕਿਸੇ ਨੂੰ ਵੀ ਨਾਸਪੀ ਨਹੀਂ ਮਿਲ ਰਿਹਾ ਦਿਸਕੋਲ ਨਹੀਂ ਮਿਲ ਰਿਹਾ ਅਜਾ ਚੀਜ਼ ਨਹੀਂ ਮਿਲ ਰਿਹਾ ਕਾਗਜ਼ਾਂ 'ਤੇ ਗ੍ਰੈਟਸਿਓਨੇ ਜਿਹੜਾ ਉਹ ਨਹੀਂ ਮਿਲ ਰਿਹਾ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਦੀਜ਼ੂ ਕੋਪੋਟਸਿਓਨੇ ਜਾਂ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲ ਰਹੀ ਇਹਨਾਂ ਦਾ ਭਾਵ ਤੁਹਾਨੂੰ ਸਰਕਾਰ ਵੱਲੋਂ ਤੁਹਾਨੂੰ ਜਾਂ ਤੁਹਾਡੇ ਕਿਸੇ ਮੈਂਬਰ ਤੇ ਕਿ ਨੂੰ ਕਿਸੇ ਪਾਸਿਓ ਕੋਈ ਪੈਸੇ ਨਹੀਂ ਮਿਲ ਰਹਾ ਤੁਹਾਡੀ ਜਿਹੜੀ ਈਜ਼ੇ ਆ 15000 ਰੋ ਤੋਂ ਘਟ ਫਿਰ ਤੁਹਾਨੂੰ ਸਰਕਾਰ ਵੱਲੋਂ ਮਿਲ ਸਕਦੀ ਹੈ ਉਹ ਸਹੂਲਤ ਜੋ 2008 ਤੋਂ ਬਣੀ ਹੋਈ ਆ ਜੋ ਇੱਕ ਕਾਰਡ ਮਿਲਦਾ ਜਿਸ ਨੂੰ ਸਪੇਜ਼ਾ ਵੀ ਅਸੀਂ ਕਹਿ ਸਕਦੇ ਹਾਂ ਹੁਣ ਇਹ ਜਿਹੜਾ ਬੋਨਸ ਸਪੇਜ਼ਾ ਆ ਇਹ 382000 ਤੇ 50 ਪੈਸੇ ਦਾ ਹੁੰਦਾ ਇਹ ਤੁਹਾਨੂੰ ਮਿਲਦਾ ਜੇਕਰ ਇਸੇ 15000 ਤੋਂ ਘੱਟ ਹੋਵੇ ਜਿਹੜਾ ਐਗਰੀਕਲਚਰ ਮੰਤਰੀਆਂ 12 ਤਰੀਕ ਨੂੰ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਇਸ ਨੂੰ ਲੋਕਾਂ ਨੂੰ ਦਿੱਤਾ ਜਾਊਗਾ ਜੀ 382 ਰੁਪਏ 50 ਪੈਸੇ ਦੀ ਟੋਟਲ ਕੀਮਤ ਆ ਅਤੇ ਇਸ ਦੇ ਨਾਲ ਤੁਸੀਂ ਆਪਣੇ ਬਿਜਲੀ ਦੇ ਬਿੱਲ ਦੇ ਸਕਦੇ ਆ ਗੈਸ ਦੇ ਬਿੱਲ ਦੇ ਸਕਦੇ ਆ ਇੱਥੇ ਧੱਕੇ ਤੁਸੀਂ ਕਿਸੇ ਵੀ ਮਾਰਕੀਟ ਦੇ ਵਿੱਚ ਜਾ ਕੇ ਇਸ ਨੂੰ ਜਿਹੜਾ ਖਰਚ ਸਕਦੇ ਉਧਰ ਹੀ ਜੇ ਅਸੀਂ ਆਪਾਂ ਹੁਣ ਗੱਲ ਕੀਤੀ ਆ ਅਗਰੀਕਲਚਰ ਮਿਨਿਸਟਰ ਦੀ ਮਿਨਿਸਟਰੋ ਡੈ ਅਗਰੀਕੋਲtura ਜਿਸ ਦਾ ਨਾਮ ਫਰਾਂਚੀਸਕੋ ਲੋਲੋਬਰੀਜੀਦਾ ਜੀ ਉਸ ਦਾ ਉਹਨਾਂ ਦਾ ਇੱਕ ਬਿਆਨ ਆਇਆ ਰਿਪਬੁਲੀਕਾ ਕੁਆਰਤਾ ਰਿਪਬੁਲੀਕਾ ਦੇ ਵਿੱਚ ਰਿਤੇ ਕੁਆਤਰੋ ਇਟਲੀ ਦੇ ਵਿੱਚ ਇੱਕ ਚੈਨਲ ਜਿਸ ਤੇ ਇੱਕ ਇੰਟਰਵਿਊ ਹੋਇਆ ਉਸ ਉਹਨਾਂ ਨੇ ਪੁੱਛਿਆ ਕਿ ਕੀ ਤੁਸੀਂ ਜਿੱਦਾਂ ਪਹਿਲਾ ਪੁਰਾਣੀ ਪ੍ਰਧਾਨ ਮੰਤਰੀ ਸਨ ਉਹ ਇਸ ਹੰਗਾਲ ਦੇ ਹੱਕ ਵਿੱਚ ਸਨ ਕਿ ਇਟਲੀ ਦੇ ਵਿੱਚ ਬੰਦਿਆਂ ਨੂੰ ਕੱਚਿਆਂ ਨੂੰ ਪੱਕੇ ਕਰਨਾ ਚਾਹੀਦਾ ਐਟਲੀ ਦੇ ਵਿੱਚ ਪੇਪਰ ਖੁੱਲਣੇ ਚਾਹੀਦੇ ਕਿ ਤੁਸੀਂ ਇਸ ਹੱਕ ਦੇ ਵਿੱਚ ਹੋ ਤਾਂ ਉਹਨਾਂ ਨੇ ਕਿਹਾ ਹਾਂਜੀ ਅਸੀਂ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਆ ਪਰ ਅਸੀਂ ਹੱਕ ਦੇ ਵਿੱਚ ਆ ਇੱਕ ਨੰਬਰ ਵਾਲੀ ਇਮੀਗ੍ਰੇਸ਼ਨ ਜਿਹੜੀ ਇਮੀਗ੍ਰੇਸ਼ਨ ਕਲੰਦੇਸਟੀਨਾ ਤੇ ਇਰੈਗੂਲਾਰੇ ਹੁਣ ਜਿਹੜਾ ਇਮੀਗ੍ਰੇਸ਼ਨ ਕਲੰਦੇਸਟੀਨਾ ਹੁੰਦਾ ਜੋ 2 ਨੰਬਰ ਦੇ ਵਿੱਚ ਬੰਦਿਆਂ ਦੇ ਆ ਇਰੈਗੂਲਾਰੇ ਇਰੈਗੂਲਾਰੇ ਵੀ ਮਤਲਬ ਇਹੀ ਹੁੰਦਾ ਕਿ ਜਿਹੜੇ 2 ਨੰਬਰ ਚ ਬੰਦਿਆਂ ਦੇ ਆ ਉਹਨਾਂ ਦੇ ਖਿਲਾਫ ਅਸੀਂ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਇਟਲੀ ਦੇ ਵਿੱਚ ਇੱਕ ਗੱਡੀ ਨੂੰ ਰੋਕਿਆ ਗਿਆ ਇਟਲੀ ਦੇ ਬਾਰਡਰ ਤੇ ਨਾਰਮਲ ਰੂਟੀਨ ਚੈੱਕਅਪ ਦੇ ਵਿੱਚ ਇੱਕ ਫੋਰਡ ਫੋਕਸ ਗੱਡੀ ਨੂੰ ਰੋਕਿਆ ਗਿਆ ਜੋ ਆਸਟਰੀਆ ਤੋਂ ਆ ਰਹੀ ਸੀ ਜਿਸ ਦੇ ਵਿੱਚ 47.647 ਕਿਲੋ 619 ਗ੍ਰਾਮ ਡੋਡੇ ਸਨ ਇਹ ਜਿਹੜੇ ਡੋਡੇ ਆ ਇਟਲੀ ਦੇ ਵਿੱਚ ਇਸ ਨੂੰ ਨਸ਼ਾ ਮੰਨਿਆ ਜਾਂਦਾ ਹੈ ਵੈਸੇ ਹੁੰਦਾ ਵੀ ਇਹ ਨਸ਼ਾ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਇਟਲੀ ਦੇ ਵਿੱਚ ਗੈਰਮੁਕੀ ਹੀ ਇਸ ਦਾ ਸੇਵਨ ਕਰਦੇ ਆ ਪਰ ਆਸਟਰੀਆ ਦੇ ਵਿੱਚ ਇਹਨਾਂ ਨੂੰ ਨਸ਼ਾ ਨਹੀਂ ਮੰਨਿਆ ਜਾਂਦਾ ਇਹਨਾਂ ਨੂੰ ਇੱਕ ਡੈਕੋਰੇਸ਼ਨ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਤੇ ਆਸਟ੍ਰੀਆ ਤੋਂ ਪਹਿਲਾਂ ਵੀ ਇੱਕ ਗੱਡੀ ਫੜੀ ਗਈ ਸੀ ਜੋ ਕੇ ਲੈ ਕੇ ਆ ਰਹੀ ਸੀ ਡੋਡੇ ਉਹਦੇ ਵਿੱਚ 45 ਕਿਲੋ ਸਨ ਹੁਣ ਇਸ ਬੰਦੇ ਦੇ ਸਿਰ ਕੇਸ ਪੈ ਜਾਣਾ ਕਿ ਨਸ਼ਾ ਫਲਾਣ ਦਾ ਜਿਹੜਾ ਕੇ ਪੈ ਜਾਣਾ ਜੀ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਸਜੋਰ ਨੂੰ ਲੈਣ ਦੇ ਲਈ ਪੈਸੇ ਲਏ ਜਾ ਰਹੇ ਸਨ ਗੁਆਰਦੀਆ ਦੀ ਫਾਈਨਾਂਸਾਂ ਨੇ ਤਕਰੀਬਨ 12 ਲੱਖ ਦੀ ਪ੍ਰਾਪਰਟੀ ਜਿਹੜੀ ਆ ਜ਼ਬਤ ਕਰ ਲਈ ਹੈ 5 ਬੰਦਿਆਂ 'ਸਿਰ ਕੇਸ ਟੋਟਲ ਗੱਲ ਇਦਾਂ ਚੱਲ ਰਹੀ ਹੈ ਜੀ ਕਿ ਇਹ ਲੋਧੀ ਦਾ ਏਰੀਆ ਲੋਧੀ ਦਾ ਏਰੀਆ ਜਿੱਥੇ ਸਜੋਰ ਨੂੰ ਦਵਾਨ ਦੇ ਲਈ ਪੈਸੇ ਲਏ ਜਾਂਦੇ ਸਨ ਕਾਫੀ ਬੰਦਿਆਂ ਤੋਂ ਪੈਸੇ ਲੈ ਗਏ ਆ ਤੇ ਇਹ ਜਿਹੜੇ ਪੈਸੇ ਹੈਸ ਟਾਈਮ ਕੁਵਾਰੀ ਚੱਲੀ ਆ 2005 ਤੋਂ ਲੈ ਕੇ 2015 ਤੋਂ ਲੈ ਕੇ 2021 ਤੱਕ ਲੋਧੀ ਏਰੀਏ ਦੇ ਵਿੱਚ 2015 ਤੋਂ ਲੈ ਕੇ 2021 ਤੱਕ ਜਿੰਨੇ ਵੀ ਬਾਹਰਲੇ ਬੰਦਿਆਂ ਨੇ ਸਜੋਰ ਸਰਨਾਪਲਾਈ ਕੀਤੀ ਉਹਨਾਂ ਨੂੰ ਸਜ਼ੋਰ ਨੂੰ ਮਿਲ ਗਈਆਂ ਉਹਨਾਂ ਦੇ ਸਿਰ ਦੁਆਰਾ ਹੀ ਕਵਾਰੀ ਚੱਲ ਸਕਦੀਆਂ ਜਿਨ੍ਹਾਂ ਨੇ ਇਹਨਾਂ ਪੰਜ ਬੰਦਿਆਂ ਦੇ ਥਰੂ ਆਪਣੇ ਪੇਪਰ ਨਕਲੀ ਪੇਪਰ ਤਿਆਰ ਕਰਵਾ ਕੇ ਆਪਣੀਆਂ ਸਜ਼ੋਰ ਨੂੰ ਲਈਆਂ ਲੋਦੀ ਦੇ ਵਿੱਚ ਪੰਜ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੇ ਤਕਰੀਬਨ 6 ਲੱਖ ਤੋਂ ਵੱਧ ਪੈਸਾ ਕਮਾਇਆ ਪਰ ਪੈਸਾ ਬਹੁਤ ਆ ਜੋ ਇਹਨਾਂ ਦੇ ਅੰਡਰ ਹੈ ਉਹਨਾਂ ਦੇ ਕੋਲੋਂ ਜਿਹੜੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ 463000 ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ ਦੋ ਸੋਨੇ ਦੇ ਅਸੀਂ ਕਹਿ ਸਕਦੇ ਹਾਂ ਸਿੱਕੇ ਜੋ 50 ਗ੍ਰਾਮ ਦੇ ਸਨ ਰੋਲੈਕਸ ਦੀਆਂ ਦੋ ਘੜੀਆਂ ਜਿਨ੍ਹਾਂ ਦੀ ਕੀਮਤ 14,500 12,400 ਰੋ ਕੈਸ਼ ਬਰਾਮਦ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਵੈਸੇ ਪ੍ਰਾਪਰਟੀ ਸੀ ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਜਿਸ ਦਾ ਟੋਟਲ ਮੁੱਲ 12 ਲੱਖ ਪਾਇਆ ਗਿਆ ਹੁਣ ਇਹ ਜਿਹੜੇ ਪੰਜ ਬੰਦੇ ਆ ਜ਼ਿਆਦਾਤਰ ਏਜੀਪਟ ਤੇ ਬੰਦਿਆਂ ਦੀ ਹੀ ਸਜੂਰਨੋ ਬਣਵਾਉਂਦੇ ਸਨ ਪਰ ਹੋਰ ਜਿਹੜੇ ਸੀਗੇ ਉਹਨਾਂ ਦੀਆਂ ਵੀ ਬਣਦੀਆਂ ਹੁਣ ਜਿਹੜੇ ਬੰਦਿਆਂ ਨੇ ਇਹਨਾਂ ਤੋਂ ਜੋੜ ਨਾ ਬਣਵਾਈਆਂ ਉਹਨਾਂ ਸਾਰਿਆਂ ਨੂੰ ਹੁਣ ਲੈਣੇ ਦੇਣੇ ਪੈਸਾ ਦੇ ਆ ਕਿਉਂਕਿ ਇਹ ਜਿਹੜੀ ਚੀਜ਼ ਸਾਹਮਣੇ ਆ ਗਈ ਹੈ ਸਾਹਮਣੇ ਬਾਹਰ ਆ ਗਈ ਹੈ ਤੇ ਲੋਧੀ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਇਸ ਕਰਕੇ ਲੋਧੀ ਦੇ ਵਿੱਚ ਕੰਟਰੈਕਟ ਡੁਪਲੀਕੇਟ ਕਰਵਾ ਕੇ ਸਜੂਰ ਨੂੰ ਜਿੱਤ ਨੂੰ ਰੀਨਿਊ ਕਰਵਾਈ ਹੈ ਕਿਸੇ ਨੇ ਵੀ ਜੋ ਕਿ ਬਹੁਤ ਹੀ ਜ਼ਿਆਦਾ ਗਲਤ ਹੈ ਸਾਵਧਾਨ ਸਾਵਧਾਨ ਰੋਮਾ ਦੇ ਵਿੱਚ ਇੱਕ ਹੋਰ ਬਿਮਾਰੀ ਫੈਲ ਰਹੀ ਹੈ ਜਿਸ ਦਾ ਨਾਮ ਹੈ ਸਟ੍ਰੈਪਟੋਕੋ ਇਸ ਦੇ ਮਰੀਜ਼ ਵਧਦੇ ਜਾ ਰਹੇ ਨੇ ਤੇ ਇਸ ਨੂੰ ਠੀਕ ਕਰਨ ਵਾਲੀ ਜਿਹੜੀ ਦਵਾਈ ਹੈ ਅਮੋਕਸੀ ਸੀਲੀਨਾ ਮੌਕਸੀਸੀਲੀਨਾ ਨਾਂ ਦੀ ਇੱਕ ਦਵਾਈ ਹੈ ਜਿਹੜਸ ਨੂੰ ਜੋ ਇਸ ਨੂੰ ਠੀਕ ਕਰਦੀ ਹੈ ਤੇ ਉਸ ਦਾ ਰੇਟ 2000 ਗੁਣਾ ਵੱਧ ਗਿਆ ਜਿੰਨਾ ਉਸ ਦਾ ਪਹਿਲਾ ਰੇਟ ਸੀਗਾ ਹੁਣ ਸੌਰੀ ਰੇਟ ਨਹੀਂ ਇਸ ਦੀ ਜਿਹੜੀ ਵਿਕਰੀ ਆ 2000 ਗੁਣਾ ਕਹਿਣ ਦਾ ਭਾਵ 20 ਗੁਣਾ ਜ਼ਿਆਦਾ ਵੱਧ ਗਈ ਹੈ 2000% ਗੁਣਾ ਜ਼ਿਆਦਾ ਵਧੀ ਹੈ ਤੇ 20 ਗੁਣਾ ਇਸ ਦੀ ਵਿਕਰੀ ਵਧ ਗਈ ਹੈ 2022 ਦੇ ਵਿੱਚ 77000 ਤੋਂ ਵੱਧ ਇਹ ਦਵਾਈਆਂ ਵੇਚੀਆਂ ਗਈਆਂ ਜਦ ਕਿ 21 ਦੇ ਵਿੱਚ ਸਿਰਫ 3800 ਕੁਝ ਬਾਰ ਹੀ ਵੇਚੀ ਗਈ ਸੀ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਟਾਈਮ ਜਿਹੜੇ ਵੀ ਬੰਦੇ ਇਸ ਵਾਰਸ ਦੇ ਟੈਸਟ ਕਰਾ ਰਹੇ ਨੇ ਸੱਤਾਂ ਦੇ ਵਿੱਚੋਂ ਤਿੰਨ ਬੰਦੇ ਹੁਣ ਪੋਜ਼ਿਟਿਵ ਆ ਰਹੇ ਨੇ ਜੋ ਕਿ ਬਹੁਤ ਹੀ ਖਤਰੇ ਵਾਲੀ ਗੱਲ ਹੈ ਉਸ ਤੋਂ ਬਾਅਦ ਇੱਕ ਹੋਰ ਅਪਡੇਟ ਆ ਰਿਹਾ ਜੀ ਇਹ ਜੋ ਡਾਟਾ ਆ ਰਿਹਾ ਥੋੜਾ ਖਤਰਨਾਕ ਹੈ ਇਹ ਅਪਡੇਟ ਇਸ ਕਰਕੇ ਖਤਰਨਾਕ ਹੈ ਕਿ ਲੋਧੀ ਦੇ ਵਿੱਚ ਦੱਸਿਆ ਜਾ ਰਿਹਾ ਕਿ 84% ਜਿਹੜੇ ਪਾਣੀ ਦੇ ਖੂਹ ਨੇ ਪੋਤਸੀ ਦੇ ਲਾਕਵਾ ਖੂਹ ਜਖੂ ਵਾਲੇ ਜਿਹੜੇ ਪਾਣੀ ਨੇ ਉਹ ਇਸ ਟਾਈਮ ਪੀਫਾਸ ਲੈਵਲ ਉਹਨਾਂ ਦਾ ਬਹੁਤ ਪੀਫਾਸ ਲੈਵਲ ਹਾਈ ਹੋਣ ਦਾ ਮਤਲਬ ਇਹ ਹੈ ਕਿ ਉਸ ਪਾਣੀ ਦੇ ਨਾਲ ਕੈਂਸਰ ਹੋਣਾ ਹੈ ਲੋਧੀ ਦੀ ਅਸੀਂ ਗੱਲ ਕਰ ਰਹੇ ਹਾਂ ਦੱਸਿਆ ਜਾ ਰਿਹਾ ਕਿ ਕਾਫੀ ਹੱਦ ਤੱਕ ਜਿਹੜੇ 84% ਤੱਕ ਕੀਤੀ ਗਿਆ ਲੈਵਲ ਜਿਹੜਾ ਸਾਰਾ ਰੈੱਡ ਦੇ ਵਿੱਚ ਚੱਲ ਰਿਹਾ ਬੈਰਗਮੋ ਪਵੀਆ ਸਭ ਤੋਂ ਵੱਧ ਜਿਹੜਾ ਬਰੇਜ਼ੇ ਦਾ ਕੋਮੋ ਦਾ ਲਿਕੋ ਦਾ ਇਹ ਏਰੀਆ ਜਿਹੜਾ ਪੈਂਦਾ ਵਿੱਚ ਇਹਨਾਂ ਦੇ ਬੈਰਗਮੋ ਥੋੜਾ ਘੱਟ ਵਾ ਬਰੇਸ਼ੀਆ ਵਾਲ ਵੀ ਥੋੜੇ ਘੱਟ ਹੋ ਪਰ ਲੋਦੀ ਜਿਹੜਾ ਇਸ ਟਾਈਮ ਫੁੱਲ ਅਸੀਂ ਗਏ ਸਾਡੇ ਲੈਵਲ ਤੇ ਪਾਣੀ ਬਹੁਤ ਖਰਾਬ ਆ ਮਾਨ ਤੋਂ ਬਾਅਦ ਵੀ ਪਾਣੀ ਤਕਰੀਬਨ ਥੋੜਾ ਆ ਪਰ ਜਿੰਨਾ ਲੋਧੀ ਦੇ ਵਿੱਚ ਉਹ ਉਨਾਂ ਕਿਸੇ ਪਾਸੇ ਨਹੀਂ ਹੈ ਬਰੇਸ਼ੀਆ ਬੈਰਗਮੂ ਜੇ ਅਸੀਂ ਦੇਖਦੇ ਆ ਬਰੇਸ਼ੀਆ ਬੈਰਗਮੂ ਤੇ ਜਿਹੜਾ ਮਿਲਾਨ ਉਹ ਲੋਧੀ ਹੈ ਇਹਨਾਂ ਦੇ ਵਿਚਕਾਰ ਜਿਹੜਾ ਸੈਂਟਰ ਦਾ ਏਰੀਆ ਇਹ ਬਹੁਤ ਪਾਣੀ ਖਰਾਬ ਹੋ ਚੁੱਕਾ ਹੈ ਜੇਕਰ ਤੁਸੀਂ ਪਾਣੀ ਨਾਰਮਲ ਟੂਟੀਆਂ ਦਾ ਨਹੀਂ ਪੀਂਦੇ ਪੀਣ ਦੇ ਲਈ ਫਿਰ ਜ਼ਿਆਦਾ ਖਤਰੇ ਦੀ ਗੱਲ ਨਹੀਂ ਹੈ ਬੋਤਲਾਂ ਦਾ ਪਾਣੀ ਪੀਂਦੇ ਹੋ ਤਾਂ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ ਜੇਕਰ ਤੁਸੀਂ ਪਾਣੀ ਪੀਂਦੇ ਆ ਚੂਟੀ ਵਾਲਾ ਤਾਂ ਫਿਰ ਥੋੜਾ ਖਤਰਾ ਡਰਨ ਦੀ ਲੋੜ ਆ ਪਰ ਜੇਕਰ ਤੁਸੀਂ ਚਾਹ ਬਣਾਉਣ ਲਈ ਵਰਤਦੇ ਆ ਭਾਂਡੇ ਧੋਣ ਲਈ ਵਰਤਦੇ ਆ ਨਾਣ ਦੇ ਲਈ ਵਰਤਦੇ ਆ ਤਾਂ ਫਿਰ ਡਰਨ ਦੀ ਲੋੜ ਇਹ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਲਈ ਅਗਲੇ ਅਪਡੇਟ ਦੇ ਵਿੱਚ ਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੋਣ ਰਹੀ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਵਾਯੁਰ ਜੀ ਦਾ ਖਾਲਸਾ ਵਾਯੁਰ ਜੀ ਕੀ